ਸਾਹਿਬ ਦੇ ਸਾਈਨ ਹੋਏ ਆ। SDM ਔਰ DC ਦੀ ਪਰਮਿਸ਼ਨ ਦੇ ਤਹਿਤ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਵਾ ਵੀ ਅਸੀਂ 4 ਤੋਂ 5 ਦਿਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਵੋਟਾਂ ਵਾ ਉਹ ਵਾਪਸ ਰਿਟਰਨ ਕਰਵਾਵਾਂਗੇ। ਇਹਦੇ ਸੰਬੰਧ 'ਚ ਜਦੋਂ ਸਾਡੀ ਗੱਲ ਗੁਰਜੰਟ ਜੀ ਨਾਲ ਹੋ ਰਹੀ ਸੀਗੀ ਸੈਕਟਰੀ ਸਾਹਿਬ ਨਾਲ, ਪਹਿਲਾਂ 10 ਵਜੇ ਗੱਲ ਹੋਈ, ਫਿਰ ਉਹਨਾਂ ਨੇ ਸਾਨੂੰ 11 ਵਜੇ ਕਾਲ ਕੀਤੀ ਵੀ ਠੀਕ 12 ਵਜੇ ਦੇ ਕਰੀਬ ਤੁਸੀਂ ਆ ਜਾਓ। ਅਸੀਂ ਉਹਨਾਂ ਦੀ ਕਾਲ ਨਾ ਆਉਣ ਤੋਂ ਬਾਅਦ ਜਦੋਂ 2 ਵਜੇ ਦਫ਼ਤਰ ਦੇ ਵਿੱਚ ਪਹੁੰਚੇ ਹਾਂ, ਬਾਹਰ ਕੁੰਡੇ ਲੱਗੇ ਹੋਏ ਸੀਗੇ ਜਿਹਦਾ ਇਹਨਾਂ ਨੇ ਇਸ਼ੂ ਕੀਤਾ ਵਾ ਵੀ ਕੰਧ ਟੱਪ ਕੇ ਅੰਦਰ ਗਏ ਹਾਂ, ਬਿਲਕੁਲ ਪ੍ਰਸ਼ਾਸਨ ਦੇ ਬਿਲਕੁਲ ਸਾਹਮਣੇ ਦੀ ਗਏ ਹਾਂ ਜੀ, ਛੋਟੇ ਗੇਟ ਦੇ ਰਾਹੀਂ ਜਾ ਕੇ ਅੰਦਰ ਜਦੋਂ ਗੱਲਬਾਤ ਕੀਤੀ, ਜਦੋਂ ਸਾਨੂੰ ਇਹ ਗੱਲ ਤੈਅ ਹੋ ਗਈ ਆ ਵੀ ਇਹਦੇ 'ਚ ਬੈਠੇ ਆ ਜਿਹੜੇ ਬਾਹਰ ਵੱਖਰੀ ਪਾਰਟੀ ਦੇ ਪਰਸਨ ਆ ਉਹ ਆਪਦੀ ਮਤਲਬ ਵੋਟਾਂ ਵਾ ਜਿਹੜੀਆਂ ਉਹਨਾਂ ਨੂੰ ਸਹੀ ਕਰਵਾ ਰਿਹਾ, ਜਦੋਂ ਇਹੀ ਗੱਲ ਅਸੀਂ ਦੁਹਰਾਈ ਕਿ ਸਾਡੀਆਂ ਵੋਟਾਂ ਵੀ ਸਹੀ ਕੀਤੀਆਂ ਜਾਣ, ਅਤੇ ਉਸ ਪਾਤਲ ਸੈਕਟਰੀ ਨੇ ਆਪਦੇ ਆਪ ਨੂੰ ਲੁਕਾਉਣ ਦੇ ਚੱਕਰ ਦੇ ਵਿੱਚ ਜਿਹੜਾ ਇਸ ਗੱਲ ਦਾ ਹੋਵਾ ਬਣਾਤਾ ਵੀ ਇਹ ਮੇਰੇ ਗੱਲ ਪਏ ਆ ਜਾਂ ਕੰਧ ਟੱਪ ਗਿਆ ਆ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੋਇਆ ਗਾ ਜੀ। ਸਾਰਾ ਪ੍ਰਸ਼ਾਸਨ ਵੀ ਉੱਥੇ ਮੌਜੂਦ ਸੀ, ਜੇਕਰ ਇੱਦਾਂ ਦੀ ਗੱਲ ਹੁੰਦੀ ਤਾਂ ਪ੍ਰਸ਼ਾਸਨ ਨੇ ਸਾਨੂੰ ਬਾਹਰ ਹੀ ਰੋਕ ਲੈਣਾ ਸੀਗਾ, ਖੁਦ ਪੁਲਿਸ ਮੁਲਾਜ਼ਮ ਗੇਟ ਦੇ ਉੱਪਰ ਖੜ੍ਹੇ ਨੇ ਤਾਇਨਾਤ ਜੀ, ਉਹ ਕਹਿ ਰਿਹਾ ਛੋਟਾ ਗੇਟ ਮਤਲਬ ਹੈ ਨਹੀਂ ਗਾ ਜਾਂ ਕੰਧ ਟੱਪ ਕੇ ਗਏ ਆ, ਅਤੇ ਫਿਰ ਪ੍ਰਸ਼ਾਸਨ ਦੀ ਇਸ ਗੱਲ ਦੇ ਵਿੱਚ ਤੁਸੀਂ ਮੰਨਦੇ ਹੋ ਕਿਤੇ ਨਾ ਕਿਤੇ ਅਣਗਹਿਲੀ ਆ ਵੀ ਜੇ ਪਰਸਨ ਬਾਹਰੋਂ ਕੰਧ ਟੱਪ ਕੇ ਅੰਦਰ ਜਾ ਰਿਹਾ ਉਹਨਾਂ ਨੇ ਰੋਕਿਆ ਕਿਉਂ ਨਹੀਂ। ਬਿਲਕੁਲ ਸ਼ਰੇਆਮ ਗਏ ਹਾਂ ਜੀ ਉੱਥੇ ਅੰਦਰ, ਅੰਦਰ ਜਾ ਕੇ ਸਾਰੀ ਗੱਲਬਾਤ ਕਰਨ ਤੋਂ ਬਾਅਦ ਇਹ ਮਸਲਾ ਜਿਹੜਾ ਵਾ ਉਹ ਹੋਇਆ ਵਾ, ਉੱਚੀ ਆਵਾਜ਼ ਦੇ ਵਿੱਚ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਜਾ ਕੇ ਦਬਾਇਆ ਨਾ ਜਾ ਸਕੇ ਵੀ ਅਸੀਂ ਬਾਹਰ ਦੇ ਬੰਦੇ ਬਿਠਾ ਕੇ ਜਿਹੜੀਆਂ ਵੋਟਾਂ ਵਾ ਉਹ ਬਣਾ ਰਹੇ ਹਾਂ, ਪਰ ਇਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਨਹੀਂ ਚਲਾ ਰਹੇ। ਜਿਹੜੇ ਤੁਸੀਂ ਜਾਤੀ ਸੂਚਕ ਸ਼ਬਦਾਂ ਦੀ ਗੱਲ ਕਰਦੇ ਹੋ, ਕਿਸ ਵੱਲੋਂ ਵਰਤ, ਕਿਸ ਅਧਿਕਾਰੀ ਵੱਲੋਂ ਵਰਤੇ ਗਏ ਸੀ? ਉਹ ਜੈ ਸਾਹਿਬ ਸੀਗੇ, ਜੈ ਸਾਹਿਬ ਨੇ ਖੁਦ ਇਹ ਸ਼ਬਦ ਬੋਲਿਆ ਜੀ ਵੀ ਬਾਹਰ ਕੱਢੋ, ਜਿੰਨੀ ਦੇਰ ਤੱਕ ਸਾਡਾ ਆਪਦਾ ਕੰਮ ਨਹੀਂ ਹੁੰਦਾ ਗਾ ਉਨੀ ਦੇਰ ਤੱਕ ਅਸੀਂ ਬਿਲਕੁਲ ਵੀ ਕਿਸੇ ਦਾ ਕੰਮ ਨਹੀਂ ਕਰਾਂਗੇ। ਉਹ ਹਿੱਕ ਤਾਣ ਕੇ ਵਾਰ ਵਾਰ ਇਸ ਗੱਲ ਨੂੰ ਰਿਪੀਟ ਕਰ ਰਿਹਾ ਵੀ ਇਹਨਾਂ ਨੂੰ ਗੇਟੋ ਤੋਂ ਬਾਹਰ ਕੱਢੋ। ਜਿਹੜੀਆਂ 230 ਜਾਂ 235 ਵੋਟਾਂ ਦੀ ਗੱਲ ਕਰਦੇ ਹੋ, ਉਹ ਸਾਰੀਆਂ ਮਤਲਬ ਐਸੀ ਭਾਈਚਾਰੇ ਦੀ? ਬਿਲਕੁਲ ਸਰ, ਉਹ ਐਸੀ ਭਾਈਚਾਰੇ ਦੀਆਂ ਵੋਟਾਂ ਨੇ 230 ਦੇ ਕਰੀਬ। ਆਹ ਲਿਸਟ ਪੂਰੀ ਦੀ ਪੂਰੀ ਹੈ ਜਿਹੜੀ ਉਹ ਸਾਡੇ ਕੋਲ ਆ, ਜਿਹਦੇ 'ਤੇ BLO ਨੇ ਸਾਈਨ ਕੀਤੇ ਆ ਵੀ ਆਹ ਵੋਟਾਂ ਜਿਹੜੀਆਂ 9 ਨੰਬਰ ਵਾਰਡ ਦੇ ਵਿੱਚੋਂ ਜਿੱਥੇ ਜਿੱਥੇ ਹੈਗੀਆਂ, ਮੰਨ ਲਓ 1, 2, 3, 4, 5, 7 ਤੱਕ ਵਾਰਡ ਬਣੇ ਹੋਏ ਆ, ਉਹਨਾਂ ਵਾਰਡਾਂ ਦੇ ਤਹਿਤ ਆ BLO ਦੇ ਸਾਈਨ ਆ ਬਕਾਇਦਾ ਉੱਪਰ, ਵਾਰਡ ਨੰਬਰ ਲਿਖਿਆ ਹੋਇਆ ਵੀ 9 ਤੋਂ 3 ਚ ਕਰਨੀ ਆ ਜਾਂ 9 ਚੋਂ 5 ਚ ਕਰਨੀ ਆ, ਇਹ ਸਾਰੀ ਮਤਲਬ ਜਿਹੜਾ ਚੱਠਾ ਵਾ ਇਹ BLO ਦੇ ਖੁਦ ਸਾਈਨ ਕੀਤੇ ਹੋਏ ਆ। ਮਸਲਾ ਇਹ ਹੈ ਜੀ ਕਿ ਸਾਡੀਆਂ ਇਸ ਵਾਰਡ ਦੀਆਂ ਵੋਟਾਂ, ਇਸ ਮੁਹੱਲੇ ਦੀਆਂ ਪੰਚਾਇਤੀ ਵੋਟਾਂ ਕੱਟ ਕੇ 200-250 ਵੋਟ ਕੱਟ ਕੇ ਇਹਨਾਂ ਨੇ ਭੋਲੂ ਵਾਲੇ ਦੇ ਵਿੱਚ ਪਾ ਦੀਆਂ, ਭੋਲੂ ਵਾਲੇ ਦੀ ਪੰਚਾਇਤ 'ਚ ਪਾ ਦੀਆਂ। ਅਸੀਂ ਕੁਛ ਟਾਈਮ ਪਹਿਲਾਂ ਇਹਦੇ ਸੰਬੰਧ ਦੇ ਵਿੱਚ ਹੀ ਮੀਟਿੰਗ ਰੱਖੀ ਸੀ SDM ਸਾਹਿਬ ਨਾਲ, DC ਨਾਲ, ਉਹਨਾਂ ਨੂੰ ਦੱਸਿਆ ਸੀਗਾ, ਧਿਆਨ 'ਚ ਲਿਆਂਦਾ ਸੀ ਵੀ ਜਿਹੜੀਆਂ ਸਾਡੀਆਂ ਵੋਟਾਂ ਵਾ ਉਹ ਵਾਪਸ ਲਿਆਂਦੀਆਂ ਜਾਣ। ਉਹਨਾਂ ਨੇ BLO ਦੀ ਡਿਊਟੀ ਲਾਈ ਜੀ, BLO ਇੱਥੇ ਸਾਡੇ ਘਰ ਬੈਠ ਕੇ ਵੋਟਾਂ ਕਰਕੇ ਗਿਆ ਜੀ ਉੱਧਰੋਂ। ਉਹਦੇ ਸੰਬੰਧ ਦੇ ਵਿੱਚ ਇਹਨਾਂ ਨੇ ਸਾਨੂੰ BDO ਦਫ਼ਤਰ ਵਾਲਿਆਂ ਨੇ ਬੁਲਾਇਆ ਸੀਗਾ ਵੀ ਤੁਸੀਂ ਆ ਜਾਓ। ਅਸੀਂ ਉੱਧਰ ਗਏ ਹਾਂ ਜੀ BDO ਦਫ਼ਤਰ ਦੇ ਵਿੱਚ, ਉਹਨਾਂ ਨੇ ਅੱਗੋ ਤਾਲੇ ਲੱਗੇ ਹੋਏ ਸੀਗੇ, ਤਾਲੇ ਲੱਗੇ ਵੇਖ ਕੇ ਅਸੀਂ ਕਿਹਾ ਵੀ ਅੰਦਰ ਜ਼ਰੂਰ ਕੋਈ ਨਾ ਕੋਈ ਗੱਲਬਾਤ ਚੱਲ ਰਹੀ ਆ। ਜਦੋਂ ਅਸੀਂ ਮਗਰਲੇ ਗੇਟ ਥਾਣੀ ਬਾਈ ਜੀ ਦੂਜੇ ਗਏ ਅੰਦਰ ਪ੍ਰੇਮ ਸਿੰਘ ਸਬਰੀ, ਅਤੇ ਅੰਦਰ ਦੇਖਿਆ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬੰਦੇ ਬੈਠੇ ਹੋਏ ਸੀਗੇ, ਕੁਛ ਆਪਦੀਆਂ ਵੋਟਾਂ ਦਾ ਕਰਵਾ ਰਹੇ ਸੀਗੇ ਕੰਮ। ਇਹ ਜਾ ਕੇ ਕਹਿੰਦੇ ਜੀ ਇਹ ਬੰਦੇ ਕੌਣ ਆ? ਸੁਪਰਡੈਂਟ ਸਾਹਿਬ ਨੂੰ ਜਦੋਂ ਉੱਥੋਂ ਪੁੱਛਿਆ, ਉਹਨਾਂ ਨੇ ਕੋਈ ਗੱਲ ਨਹੀਂ ਕਹੀ, ਉਹ ਕਹਿੰਦੇ ਜੀ ਤੁਸੀਂ ਕੌਣ ਆ? ਇਹ ਕਹਿੰਦੇ ਜੀ ਮੈਂ ਪ੍ਰੇਮ ਸਿੰਘ ਸਬਰੀ ਹਾਂ, ਮੇਰਾ ਤੁਸੀਂ ਫੋਨ ਨਹੀਂ ਚੱਕ ਰਹੇ ਗੇ, ਅਤੇ ਸਾਨੂੰ ਦੱਸੋ ਸਾਡੀਆਂ ਵੋਟਾਂ ਦਾ ਕੀ ਹੱਲ ਕੀਤਾ ਜੀ? ਉਹ ਕਹਿੰਦੇ ਜੀ ਅੱਜ ਐਤਵਾਰ ਆ। ਉਹ ਕਹਿੰਦੇ ਜੀ ਜੇ ਅੱਜ ਐਤਵਾਰ ਆ ਤਾਂ ਤੁਸੀਂ ਇੱਥੇ ਬੈਠੇ ਕੀ ਕਰਦੇ? ਤੁਸੀਂ ਵੀ ਘਰ ਜਾਓ, ਜਿੰਦੇ ਲਾਓ। ਆਹੀ ਗੱਲ ਹੋਈ ਆ ਜੀ, ਉੱਥੇ ਬੋਲਚਾਲ ਹੋਈ ਆ, ਕੁਛ ਅਪ ਸ਼ਬਦ ਬੋਲੇ ਜੀ, ਜਾਤੀ ਸ਼ਬਦ ਵੀ ਉਹਨਾਂ ਨੇ ਪ੍ਰੇਮ ਸਿੰਘ ਸਬਰੀ ਨੂੰ ਬੋਲੇ ਜੋ ਵੀਡੀਓ ਦੇ ਵਿੱਚ ਉਦਾਂ ਹੀ ਪਤਾ ਲੱਗ ਰਿਹਾ ਆਪਾਂ ਨੂੰ ਜੀ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ, ਜੋ ਝੂਠਾ ਪਰਚਾ ਕੀਤਾ ਵਾ, ਨਜਾਇਜ਼ ਪਰਚਾ ਜੀ, ਉਹ ਕੈਂਸਲ ਕੀਤਾ ਜਾਵੇ, ਅਤੇ ਸਾਡੀਆਂ ਜਿਹੜੀਆਂ ਵੋਟਾਂ ਉੱਧਰ ਗਈਆਂ ਵਾ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ।
ਬਸ ਆਹੀ ਸਾਡੀ ਬੇਨਤੀ ਹੈ ਜੀ, ਪੂਰੇ ਪੰਚਾਇਤ ਦੀ, ਪੂਰੇ ਮਹੱਲੇ ਦੀ। ਸੈਕਟਰੀ ਨੇ ਖੁਦ ਸਾਨੂੰ ਬੁਲਾਇਆ ਸੀਗਾ ਜੀ, ਉਹ ਕਹਿੰਦੇ ਜੀ ਤੁਸੀਂ ਆ ਜਾਓ। 2 ਵਾਰੀ ਫੋਨ ਲਾਇਆ, ਚੱਕਿਆ ਉਹਨਾਂ ਨੇ, ਉਦੋਂ ਬਾਅਦ 3 ਵਾਰੀ ਫੋਨ ਲਾਇਆ, ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ। ਕਾਲ ਡਿਟੇਲ ਸਾਡੇ ਕੋਲ ਹੈ ਜੀ ਪੂਰੀ ਦੀ ਪੂਰੀ। ਦੇਖੋ ਜੀ, ਨਜਾਇਜ਼ ਤੌਰ ਤੇ ਅੰਦਰ ਦੂਜੇ ਗੇਟ ਰਾਹੀਂ ਗਏ ਆ, ਇਹ ਚੀਜ਼ ਨੂੰ ਉਹ ਮੰਨਦੇ ਆ, ਪਰ ਅੰਦਰ ਬੈਠੇ ਦੂਜੇ ਵੀ ਤਾਂ ਬੰਦੇ ਬੈਠੇ ਸੀਗੇ, ਆਮ ਆਦਮੀ ਪਾਰਟੀ ਵਾਲੇ ਬੰਦੇ ਬੈਠੇ ਸੀਗੇ ਜੀ, ਉਹ ਵੀ ਤਾਂ ਅੰਦਰ ਗਏ ਸੀਗੇ, ਉਹਨਾਂ ਕੁਰਸੀਆਂ ਦੇ ਉੱਪਰ ਬੈਠ ਕੇ ਆਪਦਾ ਕੰਮ ਕਰਾ ਰਹੇ ਆ, ਫਿਰ ਸਾਡੀਆਂ ਲਿਸਟਾਂ ਦਾ ਕੰਮ ਕਿਉਂ ਨਹੀਂ ਹੋ ਸਕਦਾ ਜੀ? ਸਾਡੀ ਤਾਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਇਹੀ ਮੰਗ ਆ ਕਿ ਜੋ ਝੂਠੇ ਪਰਚੇ ਕੀਤੇ ਗਏ ਆ ਜੀ, ਉਹਨਾਂ ਨੂੰ ਕੈਂਸਲ ਕੀਤਾ ਜਾਵੇ, ਤੇ ਜੋ ਸਾਡੀਆਂ ਵੋਟਾਂ ਇਸ ਵਾਰਡ ਦੇ ਵਿੱਚੋਂ ਮਹੱਲੇ ਚੋਂ ਕੱਟ ਕੇ ਦੂਜੇ ਪਾਸੇ ਗਈਆਂ, ਉਹਨਾਂ ਨੂੰ ਪੰਚਾਇਤੀ ਵੋਟਾਂ ਨੂੰ ਸਾਡੀਆਂ ਨੂੰ ਵਾਪਸ ਲਿਆਂਦਾ ਜਾਵੇ। ਦੇਖੋ ਜੀ, ਫਿਰ ਅਸੀਂ ਪ੍ਰੇਮ ਸਿੰਘ ਸਫਰੀ ਨਾਲ ਗੱਲ ਕਰਕੇ ਆਪਦਾ ਕੋਈ ਵੱਡਾ ਸੰਘਰਸ਼ ਵਿੱਢਾਂਗੇ, ਧਰਨੇ ਲਾਵਾਂਗੇ ਜੀ। ਬਿਲਕੁਲ ਜੀ, ਪੂਰੀ ਧੱਕੇਦਾਰੀ, ਪੂਰੀ ਇਸ ਕੱਲੇ ਇਸ ਮਹੱਲੇ ਤੇ ਨਹੀਂ, ਹਰ ਇੱਕ ਥਾਂ ਤੇ ਪੂਰੇ ਪੰਜਾਬ ਦੇ ਵਿੱਚ। ਤੁਸੀਂ ਦੇਖੋ ਪੱਟੀ ਦੇ ਜ਼ਿਲ੍ਹਾ, ਪੱਟੀ ਜ਼ਿਲ੍ਹਾ ਦੇ ਵਿੱਚ ਤਲਵੰਡੀ ਪਿੰਡ ਦੇ ਵਿੱਚ ਇੱਕ ਨੌਜਵਾਨ ਐਸੀ ਭਾਈਚਾਰੇ ਦੇ ਬੰਦੇ ਨੂੰ ਗੋਲੀਆਂ ਮਾਰ ਕੇ ਉਹਦਾ ਕਤਲ ਕੀਤਾ ਗਿਆ, ਜਿੱਤੇ ਹੋਏ ਨੂੰ। ਦੇਖੋ ਇਹੋ ਜਿਹੀਆਂ ਗੁੰਡਾਗਰਦੀਆਂ ਬਹੁਤ ਜ਼ਿਆਦੀਆਂ ਚੱਲ ਰਹੀਆਂ ਜੀ, ਇਹਨਾਂ ਤੇ ਨੱਥ ਪੈਣੀ ਚਾਹੀਦੀ ਆ ਜੀ। ਜਿੰਨੇ ਕੋਈ ਗਲਤ ਅਨਸਰ ਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਜੀ। ਸਾਡੀ ਤਾਂ ਇਹੀ ਪ੍ਰਸ਼ਾਸਨ ਨੂੰ, ਚਾਹੇ ਜੇ ਇਹਦੇ ਵਿੱਚ ਜੇ ਕੋਈ ਸਰਕਾਰੀ ਮੁਲਾਜ਼ਮ ਵੀ ਇਨਵੋਲਵ ਆ, ਤੇ ਅਸੀਂ ਕਹਿੰਦੇ ਉਹ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਰਲ ਮਿਲ ਕੇ ਹੀ ਹੋਇਆ, ਸਰਕਾਰੀ ਮੁਲਾਜ਼ਮਾਂ ਨੇ ਨਾਲ ਪ੍ਰਸ਼ਾਸਨ ਨਾਲ ਰਲ ਕੇ ਕੰਮ ਕੀਤਾ ਹੈ, ਉਹਨਾਂ ਤੇ ਪ੍ਰੋਪਰ ਕਾਰਵਾਈ ਹੋਣੀ, ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ, ਸਾਡੀ ਇਹੀ ਮੰਗ ਹੈ।